ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੋਸਟ ਰੀਤ ਕੌਰ ਵਿਦ ਨਿਊਜ਼ ਟੀਵੀ 84 ਦੇ ਨਾਲ ਦਰਸ਼ਕੋ ਅੱਜ ਤੋਂ 29 ਸਾਲ ਪਹਿਲਾਂ 3 ਜੂਨ 1984 ਨੂੰ ਭਾਰਤੀ ਫੌਜਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ 'ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ। ਯਾਦ ਰਹੇ 3 ਜੂਨ 1984 ਨੂੰ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ, ਇਸ ਲਈ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਮੌਜੂਦ ਸਨ। ਅਸੀਂ ਇਹ ਹਫ਼ਤਾ ਉਹਨਾਂ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਇਸ ਜੂਨ 84 ਦੇ ਘੱਲੂਘਾਰੇ ਨਾਲ ਵੱਖ ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਵਾਂਗੇ, ਜਿਸ ਤਰ੍ਹਾਂ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਅਤੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਬਾਬਾ ਮੁਖਤਿਆਰ ਸਿੰਘ ਜੀ, ਜਿਹੜੇ ਕਿ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘ ਨੇ। ਇਹਨਾਂ ਨੇ ਆਪਣੇ ਬਚਪਨ ਦੀ ਵਿੱਦਿਆ ਦਮਦਮੀ ਟਕਸਾਲ 'ਚੋਂ ਲਈ ਅਤੇ ਫਿਰ ਦਮਦਮੀ ਟਕਸਾਲ ਨਾਲ ਜੁੜ ਕੇ ਸਿੱਖੀ ਪ੍ਰਚਾਰ ਵੱਲ ਲੱਗ ਗਏ। ਜੂਨ 84 ਦੇ ਘੱਲੂਘਾਰੇ ਵੇਲੇ ਇਹ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਸਨ, ਜਿੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਾਫੀ ਸਮੇਂ ਪੰਜਾਬ ਤੋਂ ਦੂਰ ਜੋਧਪੁਰ ਦੀ ਜੇਲ੍ਹ ਵਿੱਚ ਰੱਖਿਆ ਗਿਆ। ਇਹਨਾਂ ਨੇ ਘੱਲੂਘਾਰਾ 1984 ਦੇ ਦੌਰਾਨ ਕੀ ਵੇਖਿਆ ਅਤੇ ਕੀ ਹੰਡਾਇਆ ਅਤੇ ਕਿਵੇਂ ਸਿੰਘਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅਤੇ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਤ ਸਿੰਘ ਜੀ ਦੀ ਕਮਾਨ ਹੇਠਾਂ ਬਹਾਦਰੀ ਦੇ ਜੌਹਰ ਦਿਖਾਏ ਅਤੇ ਜੂਝ ਕੇ ਸ਼ਹੀਦੀਆਂ ਪਾਵੀਆਂ, ਅਤੇ ਅਸੀਂ ਇਹਨਾਂ ਦੇ ਕੋਲੋਂ ਇਹਨਾਂ ਦੇ ਮੂੰਹ ਤੋਂ ਹੀ ਸੁਣਦੇ ਹਾਂ। ਅਤੇ ਸਾਡੇ ਨਾਲ ਹੁਣ ਲਾਈਨ 'ਤੇ ਜੁੜ ਚੁੱਕੇ ਨੇ ਬਾਬਾ ਮੁਖਤਿਆਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊ ਸ਼ੋਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੁਸੀਂ TV 84 ਦੇ ਦਰਸ਼ਕਾਂ ਨੂੰ ਆਪਣੇ ਪਿਛੋਕਰ ਬਾਰੇ ਦੱਸੋ ਅਤੇ ਤੁਸੀਂ ਕਿਵੇਂ ਦਮਦਮੀ ਟਕਸਾਲ ਨਾਲ ਜੁੜੇ ਇਸ ਬਾਰੇ ਵੀ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਉਪਰਾਲਾ ਕੀਤਾ ਜੀ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਦਾਸ ਨੂੰ ਆਪਣੀ ਸੰਗਤਾਂ ਦੇ ਰੂਬਰੂ ਕਰਾਉਣ ਦਾ ਯਤਨ ਕੀਤਾ। ਹਾਂਜੀ, ਤੇ ਮੇਰਾ ਨਾਮ ਹੈ ਭਾਈ ਮੁਖਤਿਆਰ ਸਿੰਘ, ਮੈਨੂੰ ਖਾਸ ਕਰਕੇ ਸਾਰੇ ਸਿੰਘ ਮੁਖੀ ਕਰਕੇ ਜਾਣਦੇ ਨੇ ਜੀ। ਤੇ ਦਾਸ ਬਚਪਨ ਤੋਂ ਹੀ ਤਕਰੀਬਨ ਕੋਈ 9 ਸਾਲ ਦੀ ਉਮਰ ਸੀ ਮੇਰੀ ਜਦੋਂ ਮੈਂ ਗੁਰਮਤਿ ਦੀ ਵਿਦਿਆ ਲੈਣ ਵਾਸਤੇ ਜਿਹੜੇ ਰਾਗੀ ਜਸਵੰਤ ਸਿੰਘ ਕੁਲਾਰਾ ਤੋਂ ਸਨ ਉਹਨਾਂ ਕੋਲੇ ਮੁੱਲਾਂਪੁਰ ਮੈਂ ਚਲਾ ਗਿਆ ਸੀਗਾ। ਹਾਂਜੀ, ਤਕਰੀਬਨ ਉਹਨਾਂ ਦੇ ਕੋਲੇ ਮੈਂ ਸਨ 70-71 ਦੇ ਵਿੱਚ 70 ਦੇ ਵਿੱਚ ਗਿਆ ਸੀਗਾ ਜੀ। ਤੇ ਉੱਥੇ ਉਹਨਾਂ ਕੋਲ ਰਹਿ ਕੇ ਵਿਦਿਆ ਸਿੱਖੀ ਤੇ ਫਿਰ ਉਸ ਤੋਂ ਬਾਅਦ ਮਸਤੂਆਣਾ ਸਾਹਿਬ ਚਲਾ ਗਿਆ ਸੀਗਾ ਜੀ। ਮਸਤੂਆਣਾ ਸਾਹਿਬ ਤੋਂ ਰਾਗੀ ਜਸਵੰਤ ਸਿੰਘ ਜੀ ਨੂੰ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਸ਼ ਦਮਦਮੀ ਟਕਸਾਲ ਦੇ ਜਿਹੜੇ 13ਵੇਂ ਮੁਖੀ ਸੀ ਹਾਂਜੀ, ਉਹ ਉੱਥੇ ਵਿਦਿਆਲੇ ਵਿੱਚ ਲੈ ਗਏ ਸੀ ਮਹਿਤੇ। ਤੇ ਦਾਸ ਵੀ ਉਹਨਾਂ ਦੇ ਹੁਕਮ ਅਨੁਸਾਰ ਤੇ ਵਿਦਿਆਲੇ ਵਿੱਚ ਵਾਪਸ ਉੱਥੇ ਮਹਿਤੇ ਚਲਾ ਗਿਆ ਸੀ ਉਹਨਾਂ ਨਾਲ 74-75 ਦੀ ਇਹ ਗੱਲ ਹੈ। ਹਾਂਜੀ, ਉਸ ਤੋਂ ਮੈਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਟਕਸਾਲ ਦੇ ਨਾਲ ਜੁੜੇ ਆ ਰਿਹਾ ਜੀ। ਹਾਂਜੀ, ਤੇ ਜੀ ਹਾਂਜੀ, ਉੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਜਿਹੜੇ ਮਹਾਂਪੁਰਸ਼ ਸੀਗੇ ਦਮਦਮੀ ਟਕਸਾਲ ਦੇ 13ਵੇਂ ਮੁਖੀ, ਉਹਨਾਂ ਦੀ ਮਤਲਬ ਕੇ ਰਹਿਨੁਮਾਈ ਹੇਠ ਗੁਰਮਤਿ ਦੀ ਵਿਦਿਆ ਤੇ ਗੁਰੂ ਘਰ ਦਾ ਕੀਰਤਨ ਦਾ ਜਿਹੜਾ ਸੀ ਉਹ ਉਹਨਾਂ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਤੇ ਰਾਗੀ ਜਸਵੰਤ ਸਿੰਘ ਕੁਲਾਰਾਂ ਵਾਲਿਆਂ ਪਾਸੋਂ ਜੀ। ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਉਦੋਂ ਵੀ ਦਾਸ ਉਹਨਾਂ ਦੇ ਨਾਲ ਰਾਗੀ ਜਥੇ ਵਿੱਚ ਭਾਈ ਗੁਰਸ਼ਰਨ ਸਿੰਘ ਜੀ, ਅੱਜ ਕੱਲ੍ਹ ਇੰਗਲੈਂਡ ਨੇ, ਭਾਈ ਗੁਰਮੇਲ ਸਿੰਘ ਜੀ ਤੇ ਭਾਈ ਦਲੀਪ ਸਿੰਘ ਜੀ ਜਿਹੜੇ ਰੋਡਿਆਂ ਵਾਲੇ ਸੀ ਉਹ ਜੀਪੇ ਸੀਗੇ, ਅਸੀਂ ਮਲਸੀਆਂ ਤੋਂ ਜੋ ਮਹਾਂਪੁਰਖਾਂ ਦੇ ਨਾਲ ਹੀ ਸੋਲਣ ਨੂੰ ਜਾ ਰਹੇ ਸੀਗੇ ਤਾਂ ਉਹਨਾਂ ਦੇ ਨਾਲ ਹੀ ਕਾਫੀ ਲੰਮਾ ਸਮਾਂ ਤੇ ਜਦੋਂ ਐਕਸੀਡੈਂਟ ਹੋਇਆ ਉਹਨਾਂ ਦਾ ਉਦੋਂ ਵੀ ਮੈਂ ਨਾਲ ਸੀਗਾ। ਤੇ ਉਸ ਤੋਂ ਬਾਅਦ ਫਿਰ ਜਦੋਂ ਮਹਾਂਪੁਰਖ ਚੜਾਈ ਕਰ ਗਏ ਮਹਿਤੇ ਅੰਦਰ ਸਰੀਰ ਦਾ ਤੇ ਉਦੋਂ ਬਾਅਦ ਟਕਸਾਲ ਦੀ ਚੋਣ ਹੋਈ, ਦਮਦਮੀ ਟਕਸਾਲ ਦੇ ਮੁਖੀ ਬਾਬਾ ਜਿਹੜੇ ਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਚੋਣ ਕੀਤੀ ਗਈ, ਉਦੋਂ ਵੀ ਮੈਂ ਉੱਥੇ ਮੌਜੂਦ ਸੀਗਾ ਜੀ। ਜੀ ਤੇ ਭਾਈ ਜੀ, ਹਾਂਜੀ ਹਾਂਜੀ ਦੱਸੋ। ਹਾਂਜੀ ਭਾਈ ਸਾਹਿਬ ਜੀ, ਇਹ ਹਫ਼ਤਾ ਅਸੀਂ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਸਾਨੂੰ ਖੁਸ਼ੀ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਬੇਸ਼ੱਕ ਤੁਹਾਡੇ ਲਈ ਘੱਲੂਘਾਰੇ ਦੇ ਉਹਨਾਂ ਦੁਖਦਾਈ ਪਲਾਂ ਨੂੰ ਦੁਹਰਾਉਣਾ ਕਾਫ਼ੀ ਤਕਲੀਫਦੇਈ ਹੋਵੇਗਾ, ਪਰ ਫਿਰ ਵੀ ਇਤਿਹਾਸ ਨੂੰ ਸੰਭਾਲਣ ਦੀ ਖਾਤਰ ਅਤੇ ਨਵੀਂ ਪੀੜ੍ਹੀ ਨੂੰ ਬੀਤੇ ਹੋਏ ਜ਼ੁਲਮ ਦੀ ਕਹਾਣੀ ਦੱਸਣ ਦੀ ਖਾਤਰ ਅਸੀਂ ਚਾਹਵਾਂਗੇ ਕਿ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਦਰ ਵਾਪਰੇ ਹਾਲਾਤ ਦੀ ਅੱਖੀ ਦਿੱਠਾ ਅਤੇ ਪਿੰਡੇ ਤੁਹਾਡੇ ਜਿਹੜੇ ਪਿੱਠੇ 'ਤੇ ਪਿੰਠੇ ਦੀ ਹੰਡਾਇਆ ਦੁਖਾਨ ਸਾਰੇ ਦਰਸ਼ਕਾਂ ਨਾਲ ਸਾਂਝਾ ਕਰੋ ਵੇਰਵੇ ਦੇ ਨਾਲ।
मैं बेनती कर रहा सीगा कि जिस वेले संत बाबा जरनैल सिंह जी महापुरशां नूं दस्तारबंदी हो गई, दास उदों भी कीर्तन की ड्यूटी विच हाजिर सीगा। ते तकरीबन 1982 विच साडे नगर पिंड टोडरवाल जिहड़ा सी दास दा, उत्थे महापुरश जथे समेत गए सीगे जी। ते महापुरखां ने ही मेरी जिहड़ी गां मतलब के ग्रस्त जीवन सी मेरा मतलब के विवाह दे लई उन्हां ने मेरी एंगेजमेंट कीती सीगी। उस तो बाद जो 1982 मुड़ के महापुरखां दे कोले फिर मैं अमृतसर साहब आ गया ते मोर्चा लग्या जिहड़ा 19 जुलाई नूं अपना इस जेडे सिंह भाई अमरीक सिंह जी ते बाबा ठारा सिंह जी ते भाई इसे तरह जगीर सिंह जी महंत जी सन ते जगतार सिंह जी सारे सिंह जेडे गिरफ्तार इन्हां दी गिरफ्तारी तो बाद संतां ने अमृतसर साहब आके मोर्चा लाया सीगा जी। ते 19 जुलाई नूं ते उस तो बाद फिर इस मोर्चे नूं 4 अगस्त 1982 नूं ही श्रोमणी अकाली दल ने अपना लिया सीगा। उस तो बाद लगातार जिहड़ियां सी गिरफ्तारियां चलदियां रहियां ते दास टकसाल दे विच गिरफ्तारी होण करके ते महापुरखां नूं बेनती कीती ते जॉब वास्ते सानूं श्रोमणी गुरद्वारा प्रबंधक कमेटी विच उन्हां ने भर्ती करवा दिता सीगा, क्योंकि संत बाबा हरचंद सिंह लंगोहला ने कहा सी कि सानूं रागी जथा भाई गुरशरण सिंह ते भाई ठाकुर सिंह होणी ते भाई मुख्तियार सिंह इह जरूर जथा दिओ जी। ਉਹਨਾਂ ਦੀ ਇਸ ਗੱਲ ਨੂੰ ਮੰਨ ਕੇ ਮਹਾਂਪੁਰਖਾਂ ਨੇ ਸਾਨੂੰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਡਿਊਟੀ ਤੇ ਲਾ ਦਿੱਤਾ ਗਿਆ ਅਤੇ ਕੁਝ ਸਮਾਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਡਿਊਟੀ ਕੀਤੀ ਕੀਰਤਨ ਦੀ ਤੇ ਉਸ ਤੋਂ ਬਾਅਦ ਫਿਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਡਿਊਟੀ ਕਰਦੇ ਰਹੇ ਜੀ। ਹਾਂਜੀ। ਤੇ ਮੇਰਾ ਪਰਿਵਾਰ, ਮੇਰਾ ਇੱਕ ਬੱਚਾ ਸੀ ਤੇ 9 ਕੁ ਮਹੀਨਿਆਂ ਦਾ ਉਸ ਵੇਲੇ ਜਦੋਂ ਇਹ ਬਲੂ ਸਟਾਰ ਦਾ ਭਾਣਾ ਵਾਪਰਿਆ, ਮਤਲਬ ਕਿ ਇਹ ਘੱਲੂ ਘਰ ਆਈ ਸੀ ਜਿਹੜਾ ਬਹੁਤ ਦੁਖਦਾਈ ਮਤਲਬ ਕਿ ਪਹਿਲਾਂ 1 ਤਰੀਕ ਨੂੰ 1 ਜੂਨ ਨੂੰ ਤਕਰੀਬਨ 12:30 ਵਜੇ ਇਹਨਾਂ ਨੇ BSF ਨੇ ਤੇ CRP ਨੇ ਫਾਇਰਿੰਗ ਸ਼ੁਰੂ ਕੀਤੀ ਜਿਹਦੇ ਵਿੱਚ ਤਕਰੀਬਨ ਭਾਈ ਮਹਿੰਗਾ ਸਿੰਘ ਜੀ ਬੱਬਰ ਜਥੇਬੰਦੀ ਦੇ ਜਿਹੜੇ ਸਿੰਘ ਸੀਗੇ ਉਹ ਸ਼ਹੀਦ ਹੋਏ। ਦੌਨੀ ਪਤਾਲ ਦੇ ਭਾਈ ਰਾਮ ਸਿੰਘ ਜੀ ਸੀਗੇ ਉਹ UP ਤੋਂ ਸਿੰਘ ਵਿਦਿਆ ਪੜ੍ਹਨ ਵਾਸਤੇ ਆਏ ਸਨ, ਉਹ ਜਿਹੜੇ ਆਪਣਾ ਬਾਬਾ ਦੀਪ ਸਿੰਘ ਦੀ ਬਾਹੀ ਵਾਲੇ ਪਾਸੇ ਸ਼ਹੀਦ ਹੋਏ। ਤਕਰੀਬਨ ਸੰਗਤ ਦੇ ਵਿੱਚੋਂ ਵੀ ਸਿੰਘ ਸ਼ਹੀਦ ਹੋਏ ਕੁਛ ਅਤੇ ਕੁਛ ਫੱਟੜ ਹੋਏ। 1 ਤਰੀਕ ਨੂੰ ਇਹ ਤਕਰੀਬਨ 7-8 ਘੰਟੇ ਗੋਲੀ ਚੱਲਦੀ ਰਹੀ ਤੇ ਉਸ ਬਾਅਦ ਫਿਰ ਸ਼ਾਮ ਦੇ ਟਾਈਮ ਜਾ ਕੇ ਬੰਦ ਹੋਈ ਤੇ 2 ਤਰੀਕ ਨੂੰ ਅਸੀਂ ਫਿਰ ਸਾਰਾ ਜਿਹੜੀ ਸੀਗੀ ਮਤਲਬ ਕਿ ਮਹਾਂਪੁਰਸ਼ਾਂ ਦੇ ਤੇ ਜਨਰਲ ਸ਼ਬੇਕ ਸਿੰਘ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਜਿਹੜੇ ਸਾਰੇ ਮੇਨ ਸਿੰਘ ਸੀਗੇ, ਭਾਈ ਦਲਵੀਰ ਸਿੰਘ ਜੀ ਵਿਆਸੀ ਜੀ ਅਤੇ ਇਹਨਾਂ ਸਾਰੇ ਸਿੰਘਾਂ ਦੇ ਹੁਕਮ ਅਨੁਸਾਰ ਸਾਰੇ ਸਿੰਘ ਆਪੋ ਆਪਣੇ ਮਤਲਬ ਕਿ ਥੋੜਾ ਜਿਹਾ ਜਿਹੜਾ ਮੋਰਚਿਆਂ ਵਿੱਚ ਵੱਲ ਧਿਆਨ ਦਿੱਤਾ ਅਤੇ 3 ਤਰੀਕ ਨੂੰ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਤਸ਼ਾਹ ਦਾ ਸ਼ਹੀਦੀ ਜੋੜ ਮੇਲਾ ਸੀਗਾ ਤੇ ਉਸ ਜੋੜ ਮੇਲੇ ਨੂੰ ਮਨਾਉਣ ਵਾਸਤੇ ਸੰਗਤਾਂ ਵੀ ਦੂਰੋਂ ਨੇੜੋਂ ਸਾਰੀਆਂ ਆ ਰਹੀਆਂ ਸੀ ਬਹੁਤ ਗਿਣਤੀ ਵਿੱਚ। ਇੱਕ ਤਾਂ ਕੱਲੂ ਆਪਣਾ ਜਿਹੜਾ ਸੀ ਗੋਲੀ ਚੱਲੀ ਸੀ 1 ਜੂਨ ਨੂੰ ਉਹਦੇ ਸੰਬੰਧ ਵਿੱਚ ਆ ਰਹੇ ਸੀਗੇ, ਦੂਸਰਾ ਫਿਰ ਮਹਾਰਾਜ ਦਾ ਸ਼ਹੀਦੀ ਜੋੜ ਮੇਲਾ ਸੀਗਾ ਉਹਦੇ ਸੰਬੰਧ ਵਿੱਚ ਆ ਰਹੇ ਸੀ ਤਾਂ ਉੱਥੇ ਕਾਫੀ ਸੰਗਤਾਂ ਦਾ ਇਕੱਠ ਸੀਗਾ ਤੇ ਅਸੀਂ ਵੀ ਆਪਣੀ ਡਿਊਟੀ ਨੂੰ ਪੂਰਾ ਕਰਨ ਦੇ ਲਈ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਵੀ ਕੋਈ ਵੀ ਸਿੰਘ ਅੱਜ ਰਾਤ ਜਿਹੜੀ ਆ ਬਾਹਰ ਨਾ ਮਤਲਬ ਕਿ ਕਮਰੇ ਵਿੱਚ ਪਵੇ ਤੇ ਸਾਰੇ ਪ੍ਰਕਰਮਾਂ ਵਿੱਚ ਆ ਜਾਣ। ਅਸੀਂ ਸਾਰੇ ਪ੍ਰਕਰਮਾਂ ਵਿੱਚ ਆ ਗਏ ਤੇ ਸਾਡੀਆਂ ਬੀਬੀਆਂ ਸਿੰਘਣੀਆਂ ਵੀ ਕਾਫੀ ਸਿੰਘਾਂ ਦੀਆਂ ਜਿਹੜੀਆਂ ਘਰਵਾਲੀਆਂ ਸੀ ਬੱਚੇ ਸੀ ਸਾਰੇ ਪ੍ਰਕਰਮਾਂ ਵਿੱਚ 3-4 ਦੀ ਰਾਤ ਨੂੰ ਅਸੀਂ ਉੱਥੇ ਪਹੁੰਚ ਗਏ ਸੀਗੇ ਤੇ ਸਾਡੀ ਡਿਊਟੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਭਾਈ ਗੁਰਸ਼ਰਨ ਸਿੰਘ ਜੀ, ਭਾਈ ਠਾਕੁਰ ਸਿੰਘ ਜੀ, ਦਾਸ ਤਿੰਨੇ ਜਾਣੇ ਅਸੀਂ ਮਤਲਬ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ 4:15 ਪਹੁੰਚ ਜਾਂਦੇ ਸੀਗੇ। 4:30 ਕੀਰਤਨ ਸ਼ੁਰੂ ਹੁੰਦਾ ਸੀਗਾ। ਅਸੀਂ ਬਾਹਰ ਬੈਠ ਕੇ ਮਤਲਬ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਖ਼ਤ ਤੇ ਜਿੱਥੇ ਮਤਲਬ ਕਿ ਪ੍ਰਕਰਮਾਂ ਵਿੱਚ ਗਰਮੀਆਂ ਦੇ ਵਿੱਚ ਸਟੇਜ ਲੱਗਦੀ ਸੀ ਉਸ ਸਟੇਜ ਤੇ ਬੈਠ ਕੇ ਸ੍ਰੀ ਆਸ਼ਾ ਦੀ ਆਸਾ ਦੀ ਵਾਰ ਆਰੰਭ ਕੀਤੀ ਤਾਂ ਜਦੋਂ ਡੰਡਾਊਟ ਕਰਨ ਤੋਂ ਬਾਅਦ ਇੱਕ ਛੱਕਾ ਪੜਿਆ ਸੀ, ਹਰ ਅੰਮ੍ਰਿਤ ਤਿੰਨੀ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ। ਇਹ ਛੱਕਾ ਪੜਨ ਤੋਂ ਜਦੋਂ ਸਮਾਪਤ ਹੋਇਆ ਤਾਂ ਤਕਰੀਬਨ ਠੀਕ ਉਹ 5-7 ਮਿੰਟ ਦੇ ਬਾਅਦ ਜਿਹੜਾ ਇੱਕ ਤੋਪ ਦਾ ਗੋਲਾ 4 ਤਰੀਕ ਨੂੰ 4:35 ਦੇ ਉੱਤੇ ਜਿਹੜਾ ਅਕਾਲ ਤਖ਼ਤ ਦੇ ਤੇ ਆਪਣਾ ਥੜਾ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਚਾਲੇ ਇੱਕ ਬੁੰਗਾ ਸੀ, ਮੰਦਰ ਸੀ, ਉਹਦੇ ਉੱਤੇ ਮੋਰਚਾ ਸੀਗਾ ਜਿਹਦੇ ਵਿੱਚ ਗੁਰਿੰਦਰ ਸਿੰਘ ਜੀ ਰੋਡਿਆਂ ਵਾਲੇ ਤੇ ਭਾਈ ਨਿਰੰਤਰ ਸਿੰਘ ਜੀ ਜਿਹਨਾਂ ਨੂੰ ਭਾਈ ਕਾਬਲ ਸਿੰਘ ਵੀ ਕਿਹਾ ਜਾਂਦਾ ਸੀ ਉਹ ਸਾਰੇ ਸਿੰਘ ਉੱਥੇ ਸੀਗੇ
ਉਹਨਾਂ ਦੇ ਮੋਢੇ ਤੇ ਪਹਿਲਾ ਗੋਲਾ ਹਿੱਟ ਕੀਤਾ ਗਿਆ ਤੇ ਨਾਲ ਲੱਗਦੇ ਹੀ ਦੂਸਰਾ ਗੋਲਾ ਜਿਹੜਾ ਸੀਗਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਿੱਟ ਕੀਤਾ ਗਿਆ। ਅਸੀਂ ਉੱਥੇ ਮਤਲਬ ਕਿ ਕੀਰਤਨ ਕਰ ਰਹੇ ਸੀ ਤੇ ਇੱਕ ਲੱਖ ਤੋਂ ਘਬਰਾ ਗਏ, ਨਾਲ ਹੀ ਸਤਿਕਾਰਯੋਗ ਜਨਰਲ ਸ਼ਬੇਕ ਸਿੰਘ ਜੀ ਕੀਰਤਨ ਸੁਣ ਰਹੇ ਸੀਗੇ ਉਸ ਵੇਲੇ ਉੱਥੇ ਬੈਠੇ। ਉਹਨਾਂ ਨੇ ਜਦੋਂ ਗੋਲੇ ਦੀ ਮਤਲਬ ਕਿ ਇਹ ਅਟੈਕ ਦੀ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੇ ਯਕਦਮ ਸਾਰੇ ਸਿੰਘਾਂ ਨੂੰ ਮਤਲਬ ਕਿ ਕਿਹਾ ਵੀ ਆਪੋ ਆਪਣੇ ਟਿਕਾਣੇ ਤੇ ਚਲੇ ਜਾਵੋ। ਉਹਨਾਂ ਨੇ ਜਿਹੜੀ ਉਹਨਾਂ ਕੋਲੇ ਗਨ ਸੀ ਉਹਨਾਂ ਨਾਲ ਫਾਇਰ ਕੀਤਾ, ਸਾਰੇ ਸਿੰਘ ਅਟੈਕ ਹੋ ਗਏ। ਅਸੀਂ ਸਾਰੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਚਲੇ ਗਏ ਤੇ ਉਸ ਵੇਲੇ ਫਿਰ ਸਾਨੂੰ ਮਤਲਬ ਕਿ ਜਿਹੜੇ ਗਿਆਨੀ ਪ੍ਰੀਤਮ ਸਿੰਘ ਸੀ ਹੈਡ ਗ੍ਰੰਥੀ ਆਪਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਮਹਾਂਪੁਰਖਾਂ ਨੂੰ ਜਾ ਕੇ ਅੰਦਰ ਮਿਲੇ ਤੇ ਗੱਲਬਾਤ ਕੀਤੀ। ਬਾਹਰ ਤਾਂ ਕੀਰਤਨ ਨਹੀਂ ਹੋ ਸਕਿਆ, ਕਹਿਣ ਲੱਗੇ ਵੀ ਸਾਨੂੰ ਬੁਲਾਇਆ ਤੇ ਵੀ ਅਸੀਂ ਜਦੋਂ ਸੰਤਾਂ ਕੋਲ ਚਲੇ ਗਏ ਤਿੰਨੇ ਜਾਣੇ ਸਿੰਘ ਤੇ ਸੰਤਾਂ ਨੇ ਵੀ ਭਾਈ ਤੁਸੀਂ ਤੁਹਾਡਾ ਕੰਮ ਹੈ ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖਣਾ ਤੇ ਤੁਸੀਂ ਰਾਗੀ ਸਿੰਘ ਹੋ ਤੇ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦਾ ਬਾਹਰ ਨਹੀਂ ਹੋ ਸਕਦਾ ਤਾਂ ਅੰਦਰ ਬਹਿ ਕੇ ਕਰੋ ਮਹਾਰਾਜ ਜੀ ਦੀ ਹਜ਼ੂਰੀ। ਤਾਂ ਅਸੀਂ ਉਸ ਵੇਲੇ ਤਿੰਨਾਂ ਸਿੰਘਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਤੇ ਕੀਰਤਨ ਕਰਨ ਤੋਂ ਬਾਅਦ ਮਹਾਂਪੁਰਖਾਂ ਦਾ ਹੁਕਮ ਸੀ ਕਿ ਮੇਰੇ ਕੋਲੇ ਤੁਸੀਂ ਆ ਜਾਣਾ ਤੇ ਫਿਰ ਅਸੀਂ ਸਾਰੇ ਤਿੰਨੇ ਸਿੰਘ ਉਹਨਾਂ ਕੋਲੇ ਚਲੇ ਗਏ ਜੀ। ਤੇ ਤਕਰੀਬਨ 4 ਤਰੀਕ ਨੂੰ ਇਹ 4:35 ਦੇ ਉੱਤੇ ਬੰਬਾਰੀ ਸ਼ੁਰੂ ਹੋਈ, ਗੋਲਾਬਾਰੀ ਸ਼ੁਰੂ ਹੋਈ, ਜਦੋਂ ਸਾਰਾ ਰਹੀ ਜੀ ਸਿੰਘ ਆਪੋ ਆਪਣੇ ਮੋਰਚਿਆਂ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਜਵਾਬ ਦੇ ਰਹੇ ਸੀਗੇ। ਕੋਈ ਮਨ ਦੇ ਇਸ ਤਰ੍ਹਾਂ ਘੈਂਟੀ ਕਲਾ ਵਾਲੀ ਗੱਲ ਨਹੀਂ ਸੀਗੀ ਤੇ ਬਹੁਤ ਮਤਲਬ ਕਿ ਜੋਸ਼ ਵਿੱਚ ਤੇ ਬੜੀ ਆਪਣੀ ਹੋਸ਼ ਆਵਾਸ਼ ਨੂੰ ਕਾਇਮ ਰੱਖਦੇ ਹੋਏ ਸਿੰਘ, ਕਿਉਂਕਿ ਉਹਨਾਂ ਨੇ ਸਾਡੇ ਤੇ ਚੜ੍ਹਾਈ ਕੀਤੀ ਸੀ ਫੌਜ ਨੇ, ਅਸੀਂ ਉੱਥੇ ਆਪ ਲੜਨ ਨਹੀਂ ਸੀ ਗਏ। ਉਹ ਜਿਹੜਾ ਇਹ ਗੁਰੂ ਘਰ ਦਾ ਮਰਜ਼ਾਦਾ ਹੈ, ਜਿਹੜਾ ਕੋਈ ਚੜ੍ਹ ਕੇ ਆਉਂਦਾ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਯੁੱਧ ਲੜੇ ਹਨ ਤੇ ਉਹਨਾਂ ਤੇ ਜਿਹੜਾ ਕੋਈ ਚੜ੍ਹ ਕੇ ਆਇਆ ਉਹਦਾ ਜਵਾਬ ਉਹਨਾਂ ਨੇ ਦਿੱਤਾ ਹੈ। ਜਿਸ ਤਰ੍ਹਾਂ ਸ਼੍ਰੀ ਗੋਬਿੰਦ ਸਿੰਘ ਸਾਹਿਬ ਹਰ ਕੇ ਪਾਤਸ਼ਾਹ ਜੀ ਦੇ ਉੱਤੇ ਚੜ੍ਹ ਕੇ ਆਏ ਜਿਹੜੇ ਜੁਰਮਾਣੇ, ਉਹਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਉੱਪਰ ਤੇ ਉਹਨਾਂ ਸਿੰਘਾਂ ਦੇ ਉੱਪਰ ਸਾਰੀ ਫੌਜ ਚੜ੍ਹ ਕੇ ਆਈ ਤੇ ਉਹਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ ਸੀ, ਉਹਦਾ ਜਵਾਬ ਦਿੱਤਾ ਤੇ ਬੜੀ ਚੜ੍ਹਦੀ ਕਲਾ ਵਿੱਚ ਰਹਿ ਕੇ ਸਿੰਘਾਂ ਨੇ ਉਸ ਮੋਰਚਿਆਂ ਦੇ ਵਿੱਚ ਪੂਰੀ ਆਪਦੀ ਤਨਦੇਹੀ ਦੇ ਨਾਲ ਉਹ ਜਿਹੜਾ ਜਵਾਬ ਉਹਨਾਂ ਨੂੰ ਦੇ ਰਹੇ ਸੀ। ਸਾਰਾ ਦਿਨ ਇਹ ਗੋਲਾਬਾਰੀ ਦਾ ਜਵਾਬ ਉਹ ਦਿੰਦੇ ਰਹੇ। ਤਕਰੀਬਨ 4 ਤਰੀਕ ਨੂੰ ਸ਼ਾਮ ਨੂੰ ਫਿਰ ਅਸੀਂ ਨਿਤਨੇਮ ਅਨੁਸਾਰ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੀ ਅਸੀਂ ਤੇ ਅਸੀਂ ਸੋਦਰ ਦੀ ਚੌਂਕੀ ਲਾਈ, ਰਹਿਰਸ ਦਾ ਪਾਠ ਗਿਆਨੀ ਪ੍ਰੀਤ ਸਿੰਘ ਉਹਨਾਂ ਨੇ ਕੀਤਾ, ਗਿਆਨੀ ਭਗਵਾਨ ਸਿੰਘ ਜੀ ਉੱਥੇ ਸਨ ਤੇ ਇਹ 4 ਦੀ ਫਿਰ ਰਾਤ ਜਿਹੜੀ ਸੀਗੀ ਤੇ 4 ਤੇ 5 ਦੀ ਰਾਤ ਫਿਰ ਅਸੀਂ ਹੋਈ ਸੀਗੇ ਤੇ ਸਾਰੀ ਰਾਤ ਇਹ ਗੋਲਾਬਾਰੀ ਹੁੰਦੀ ਰਹੀ। ਉਸ ਤਰ੍ਹਾਂ ਮੇਰੇ ਪਰਿਵਾਰ ਦਾ ਤੇ ਬਾਕੀ ਜਿਹੜੀਆਂ ਸਿੰਘਣੀਆਂ ਸੀ, ਭਾਈ ਅਮਰੀਕ ਸਿੰਘ ਜੀ ਜਿਹੜੇ ਸੀ ਅਮਰਸ਼ੀਦ ਉਹਨਾਂ ਦੀ ਸਿੰਘਣੀ ਅਤੇ ਭਾਈ ਦਿਆਲ ਸਿੰਘ ਜੀ ਰਾਗੀ ਸਿੰਘ ਸੀ ਉਹਨਾਂ ਦੀ ਸਿੰਘਣੀ, ਭਾਈ ਸ਼ਾਮ ਸਿੰਘਣੀ ਦਾਸ ਦੀ ਸਿੰਘਣੀ, ਭਾਈ ਮਹਾਂ ਸਿੰਘ ਦੀ ਸਿੰਘਣੀ, ਇਹ ਕਾਫੀ ਸਿੰਘਣੀਆਂ ਤੇ ਭਾਈ ਮੁਕਮ ਸਿੰਘ ਦੀ ਸਿੰਘਣੀ, ਇਹ ਸਾਰੇ ਬੱਚੇ ਸੀ ਨਾਲ। ਇਹ 4 ਤਰੀਕ ਨੂੰ ਫਿਰ ਬਰਾਂਡੇ ਵਿੱਚ ਵੀ ਹੁੰਦੇ ਹੋਏ ਭਾਈ ਦਲਵੀਰ ਸਿੰਘ ਜੀ ਦਾ ਹੁਕਮ ਮੰਨਦੇ ਹੋਏ ਤੇ ਇਹ ਸਾਰੇ ਗਿਆਨੀ ਪੂਰਨ ਸਿੰਘ ਤੇ ਗਿਆਨੀ ਸਿੰਘ ਸਾਹਿਬ ਮੋਹਨ ਸਿੰਘ ਉਹਨਾਂ ਦੇ ਘਰ ਚਲੇ ਗਏ ਸੀਗੇ। ਸਾਡਾ ਕੋਈ ਵੀ ਆਪਸ ਵਿੱਚ ਤਾਲਮੇਲ ਨਹੀਂ ਹੋ ਸਕਿਆ, ਅਸੀਂ ਮਿਲ ਨਹੀਂ ਸਕੇ ਇੱਕ ਦੂਜੇ ਨੂੰ, ਕਿਉਂਕਿ ਮੈਂ ਅਕਾਲ ਤਖ਼ਤ ਸੀਗਾ। ਅਕਾਲ ਤਖ਼ਤ ਸਾਹਿਬ ਤੇ 4 ਤੇ 5 ਦੀ ਰਾਤ ਨੂੰ ਫਿਰ ਉਸੇ ਤਰ੍ਹਾਂ ਸਾਰੀ ਬੜੀ ਭਿਆਨਕ ਲੜਾਈ ਚੱਲਦੀ ਰਹੀ। 5 ਤਰੀਕ ਸਵੇਰੇ ਫਿਰ ਅਸੀਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਕਿਉਂਕਿ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦਾ ਹੁਕਮ ਸੀ ਕਿ ਤੁਸੀਂ ਆਪਣੀ ਡਿਊਟੀ ਪੂਰੀ ਕਰਨੀ ਹੈ, ਜਿੰਨਾ ਚਿਰ ਤੁਹਾਡੇ ਸਰੀਰ ਵਿੱਚ ਸਾਹ ਚੱਲਦਾ ਤੁਸੀਂ ਇਸ ਮਰਜ਼ਾਦਾ ਨੂੰ ਪੂਰਾ ਕਾਇਮ ਰੱਖਣਾ। ਅਤੇ ਅਸੀਂ ਉਹਨਾਂ ਦੇ ਹੁਕਮ ਦੀ ਤਾਮੀਲ ਕਰਦੇ ਹੋਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਵੇਰੇ 5 ਤਰੀਕ ਨੂੰ ਫਿਰ ਸ੍ਰੀ ਆਸਾ ਜੀ ਦੀ ਵਾਰ ਦਾ ਅਸੀਂ ਸਾਰਿਆਂ ਨੇ ਰਲ ਕੇ ਕੀਰਤਨ ਕੀਤਾ ਅਤੇ ਗੋਲਾਬਾਰੀ ਚੱਲਦੀ ਰਹੀ ਸੀ। ਜਿਹੜੀਆਂ ਲੋਕ ਕਹਿੰਦੇ ਨੇ ਵੀ ਅਨਾਊਂਸਮੈਂਟਾਂ ਕੀਤੀਆਂ ਗਈਆਂ, ਕਿਸੇ ਨੇ ਕੋਈ ਅਨਾਊਂਸਮੈਂਟ ਨਹੀਂ ਸੁਣੀ ਸੀ ਤਖ਼ਤ ਤੇ, ਸੀ ਸਾਨੂੰ ਕੋਈ ਨੀ ਪਤਾ ਲੱਗਿਆ ਵੀ ਕਿਸੇ ਨੇ ਕਿਹਨੇ ਅਨਾਊਂਸਮੈਂਟ ਕੋਈ ਕੀਤੀ ਹੈ, ਬਾਹਰੋਂ ਕੀਤੀ ਹੈ, ਕੀ ਕੀਤਾ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ। 5 ਤਰੀਕ ਨੂੰ ਫਿਰ ਅਸੀਂ ਮਤਲਬ ਕਿ ਸਾਰਾ ਦਿਨ ਮਹਾਂਪੁਰਸ਼ਾਂ ਦੇ ਕੋਲੇ ਸੀਗੇ ਤੇ ਉਸ ਤੋਂ ਤਕਰੀਬਨ ਇਸ ਗੱਲ ਦੇ ਦਰਮਿਆਨ ਮਹਾਂਪੁਰਖਾਂ ਦੇ ਕੋਲੇ ਕਾਫੀ ਸਿੰਘ ਆਉਂਦੇ ਜਾਂਦੇ ਗੱਲਬਾਤ ਕਰਦੇ, ਬੜੀ ਚੜ੍ਹਦੀ ਕਲਾ ਵਾਲਾ ਮਹਾਂਪੁਰਖ ਉਹਨਾਂ ਨੂੰ ਸਾਰਾ ਕੁਛ ਦੱਸਦੇ ਅਤੇ ਜਿੰਨਾ ਵੀ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਉਹ ਸਾਰਾ ਉਹਨਾਂ ਨੂੰ ਅਸਲੇ ਦਾ ਉਹਨਾਂ ਨੂੰ ਸਾਰਾ ਕੁਛ ਉਹ ਮੁਹੱਈਆ ਕਰਾਉਂਦੇ। ਅਤੇ ਜਨਰਲ ਸ਼ਬੇਕ ਸਿੰਘ ਜੀ ਵੀ ਆਪਦੀ ਚੜ੍ਹਦੀ ਕਲਾ ਵਿੱਚ ਸਾਰੇ ਸਿੰਘਾਂ ਦੇ ਨਾਲ ਰਾਬਤਾ ਉਹਨਾਂ ਨੇ ਕਾਇਮ ਰੱਖਿਆ ਹੋਇਆ ਸੀਗਾ ਜਿੰਨਾ ਕੁ ਬਣਦਾ ਸੀ ਸਾਰਾ, ਤੇ ਅਗਣ ਮੋਰਚਿਆਂ ਤੇ ਸਿੰਘ ਲੜ ਰਹੇ ਸੀਗੇ ਤੇ ਉਹਨਾਂ ਦਾ ਜਵਾਬ ਦੇ ਰਹੇ ਸੀਗੇ। ਤਕਰੀਬਨ 5 ਤਰੀਕ ਨੂੰ ਜਿਹੜਾ 3:30 ਵਜੇ ਦੇ ਕਰੀਬ, 3:30 ਵਜੇ ਦੇ ਕਰੀਬ ਮਹਾਂਪੁਰਖਾਂ ਕੋਲੇ
पांच सिंघां ने इकट्ठा होकर बेनती करने का यतन किया भी कोई बाबा जी ने बेनती करिए भी कि आप अमृतसर हल करिए। सत्कारयोग अमर शहीद भाई अमरीक सिंह जी, भाई रशपाल सिंह जी संतां दे पीए, भाई त्रिलोचन सिंह जी लद्दू वाले तो, इसे तरह भाई गुरमुख सिंह जी, भाई तारा सिंह जी जो महापुरुष को आए थे, इन्होंने जो वेखिया भी कोई इन्होंने गल करना दी मन की भावना, महापुरुष जानते थे वो कह लगे सिंह गल करन तो पहले मेरी एक बेनती ध्यान नाल सुन लो भी मैनू इतों जाण बारे ना किसी ने कह कोई गल कहो भी तुम चले जाओ तुम इतों, क्योंकि जेडे इतने दमदमी टकसाल का मैं जो सेवादार हाँ, दमदमी टकसाल के पहले मुखी श्री मान संत बाबा वाहिगुरू बाबा शहीद बाबा दीप सिंह जी जिन्होंने अबदाली दौजा के मुकाबला किया शहादत जम पीता, दूसरे मुखी बाबा गुरबख्श सिंह जी अमर शहीद उन्होंने समय की हुकूमत का जो डट के उन्होंने नाल मुकाबला किया शहीद हुए, मैं भी दमदमी टकसाल का एक सेवादार हाँ, मैं इतों जा नहीं सकता तो मेरी इस बेनती सारे ने प्रवान कर लेनी, जी बाकी तुम गल करनी है जो मर्जी करो असं उसू सुना, तो उस तो बाद फिर गल्ला बात हुई पूछा कि यह जी फौज है कितों कितों आ रही है किन्ना इकट्ठ है, तो तकरीबन पता लग्या कि अमृतसर साहब के जेडे आले दुआले से 1.5 लाख के करीब फौज का घेरा सीगा, बहुत ही जो उन्होंने भयानक अपने हर हथियार वरतन का यतन कर रहे थे फौजी, तो तकरीबन सारा गलबात दसी संत कह लगे कहने 1.5 लाख का सिंह संतान कहने 1.5 लाख का घेरा पिया होया जी, कहने भाई जे 1.5 लाख का घेरा कोई गल नहीं कहने पर आप जाना नहीं इतों, जे भावे सारा हिंदुस्तान भी फड़ना चाहे तो भी आप फड़े नहीं जा सकते पर आप जाना नहीं इतों, आप पूरा डट के मुकाबला करना है इस हुकूमत का, क्योंकि ये जुर्माने चढ़ के आए ने, यह बेअदबी करन दा सारा इन्होंने कारण जो किया है इन्हों का जवाब आपू देना चाहता है, इस करके भी होर सारे चढ़ती कला विच सिंह आपो अपने मोर्चे में जाके जो उन्होंने मुकाबला करो, इस तरह गल्ला बातें चल रही थी, तो फिर महापुरुख लंबे पे से मैं सेवा थोड़ी जी कर लग्या, तो इन्हें तकरीबन कोई 3:30 का टाइम होना, एक बड़ा वड्डा तोप का गोला जिहड़ा सीगा उह श्री अकाल तख्त साहब के पिछले पासे आके लग्या, क्योंकि जिहड़ा खूह सीगा अद्धा खूह अंदर सी अद्धा खूह बाहर सीगा, उहदे विचों कुछ हिस्सा खूह दे विच डिग्गिया, तो जिहड़ा बड़ा भयानक उहदी आवाज आई, मैं यकदम महापुरखां दे शरीर दे उत्ते अपने शरीर नूं अगे करने की कोशिश की, महापुरखों ने दोनों लत्तां दे नाल करके पासे करके कहिंदे इहदा डर गए, मैं कहा नहीं महाराज जी मैं थोड़े शरीर को कुछ ना हो जाए, कहते नहीं नहीं ये शरीर ये साध की भूरी से इकट्ठ होया होया ये पूरी ला देनी है इतने, वो बड़ी चढ़ती कला में सारी गल का जवाब दे रहे थे, कहते कोई गल नहीं घबरा दी गुरु साहब कृपा बख्शिश करे, तो यह इस तरह यह सारा वरतांत चल रहा है, शाम का टाइम होया फिर 5 तरीक असी शाम फिर असी कीर्तन सोदारदा करने वास्ते उपर चले गए कीर्तन किया, तो मैं उस वे अपनी अखों के सामने जो कीर्तन करद वेखिया कि जी गुरु रामदास सरां दे विच टैंकी सी पानी वाली, उस पान टैंकी टोपा के गोलियां नाल तोड़े जा रहा है, पानी जिहड़ा उहदे विच सीगा उह सारा थले डुल रहा सीगा, बड़े बड़े पद्धर से उहदे विच उन्हां ने मुगरा किया टोपा ने गोले मार के टैंकी का पानी तहश नहश कर दिता भी ताकि पानी भी इन्हां नूं ना मिले पीण वास्ते, उस तो बाद जिहड़े रामगढ़िया बुंगे सीगे जिथे भाई दलवीर सिंह जी व्यासी, भाई कुलवंत सिंह जी, इसे तरह भाई सुरजीत सिंह जी रागी, भाई स्वर्ण सिंह जी, भाई राम सिंह जी जहेदार सुल्तानपुरी, सारे सिंह उस मोर्चे में सीगे बड़ी चढ़ती कला में उन्होंने जवाब दे रहे थे, उन्होंने भी इस समय की हुकूमत ने तकरीबन मैं वो 25 के करीब गोले उत्थे बैठे कीर्तनकार के नाल, क्योंकि मन भावें कीर्तन कर रहे थे पर मन जिहड़ा यह सारा कुछ दृष्टांत देख रहा सीगा, पर लेकिन सिंह बड़ी चढ़ती कला में उन्होंने जवाब दे रहे थे, तो उस तो बाद फिर असी शाम को कीर्तन करके फिर महापुरखों को आ गए, यह सारी रात फिर बड़ा तगड़ा भयानक युद्ध होया, तकरीबन 9:30 तो पहला बजाने बिच बिच फिर फौज जी थी कमांडो ये थड़ा साहब वाले पासे तो जिहड़ा थड़ा साहब धन श्री गुरु तेग बहादुर साहब जी का पवित्र स्थान है उस पासे तो इन्होंने हमला किया, भावें हमला एक घंटा घर वाले पासों भी दूसरे पासों अपना आटा मंडी वाले पासों भी हमला कर रहे थे, तो जिहड़ियां दोनों ड्यूटियां ने उन्होंने वालों भी, पर जिहड़ा जबरदस्त अकाल तख्त उन्होंने हमला करने का यतन किया तो वह अपना इस पासों किया गया थड़ा साहब वाले पासे तो भी, तो जनरल साहब ने बाकी सिंह ने बड़ा तगड़ा उन्हें जवाब दिता, तकरीबन फिर कोई 11:30-12 बजे के करीब ये फिर टैंक लेके अंदर जिहड़े ने मतलब के गुरु रामदास सरां वाले पासों ये अंदर प्रवेश होए ने,
ਤੇ ਜਨਰਲ ਸਾਹਿਬ ਨੇ ਆਪ ਫਿਰ ਮਤਲਬ ਕਿ ਜਿਹੜਾ ਸੀਗਾ ਉਹ ਉਹਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਉਹਨਾਂ ਕੋਲੇ ਹਥਿਆਰ ਸੀ ਉਹ ਲੈ ਕੇ ਗਏ ਅਤੇ ਅਸੀਂ ਉਹਨੂੰ ਦੇਖਦੇ ਸੀਗੇ ਤੇ ਉਹ ਕਹਿੰਦੇ ਪਾਸੇ ਹਟ ਜਾਓ ਤੁਸੀਂ ਸਾਰੇ ਭਾਈ ਤੇ ਉਸ ਜਨਰਲ ਸ਼ਵੇਕ ਸਿੰਘ ਜੀ ਉਹਨਾਂ ਨੇ ਆਪ ਉਹਦਾ ਮੁਕਾਬਲਾ ਕੀਤਾ ਤੇ ਉਹ ਉੱਥੋਂ ਪਾਸੇ ਕਰਵਾਇਆ ਤੇ ਸਾਰੀ ਰਾਤ ਨੂੰ ਜੋ ਉਹ ਜਿਹੜੇ ਸਿੰਘ ਸੀ ਚੜ੍ਹਦੀ ਕਲਾ ਤੇ ਉਹਨਾਂ ਦਾ ਜਵਾਬ ਦਿੰਦੇ ਰਹੇ ਕਮਾਂਡੋ ਆਉਂਦੇ ਨੇ ਫੌਜ ਜਿਸ ਤਰ੍ਹਾਂ ਵੀ ਉਹਨਾਂ ਨੇ ਹਰ ਹਿੱਲਾ ਵਰਤਿਆ ਉਹਨਾਂ ਨੇ ਮਤਲਬ ਕਿ ਪੈਰਾਮਿਲਟਰੀ ਰਾਹੀਂ ਵੀ ਅਤੇ ਇੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਕਮਾਂਡੋ ਜਿਹੜੇ ਸੀਗੇ ਹੈਲੀਕਾਪਟਰਾਂ ਰਾਹੀਂ ਵੀ ਸਿੱਟੇ ਪਰ ਲੇਕਰ ਸਿੰਘਾਂ ਨੇ ਪੂਰਾ ਤਕੜਾ ਹੋ ਕੇ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਉਹਨਾਂ ਦਾ ਤੇ ਬਿਲਕੁਲ ਕੋਈ ਜਰਕੇ ਨਹੀਂ ਕੋਈ ਇਸ ਤਰ੍ਹਾਂ ਨਹੀਂ ਹੋਈ ਇਹ ਸਾਰੀ ਰਾਤ ਬੜਾ ਭਿਆਨਕ ਯੁੱਧ ਹੋਇਆ ਸਵੇਰੇ 6 ਤਰੀਕ ਨੂੰ ਸਵੇਰੇ ਤਕਰੀਬਨ ਕੋਈ ਜਦੋਂ ਦਿਨ ਚੜ੍ਹਾ ਹੋਇਆ 5:30 ਦਾ ਟਾਈਮ ਹੋਇਆ ਤਾਂ ਭਾਈ ਰਣਜੀਤ ਸਿੰਘ ਜਿਹੜਾ ਜਹੇਦਰ ਸਿੰਘ ਸੀਗਾ ਉਸ ਵੇਲੇ ਉਹ ਇਕੱਲਾ ਸਿੰਘ ਸ਼ਹੀਦ ਹੋਇਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਜੀ ਤੇ ਉਸ ਤੋਂ ਬਾਅਦ ਮਤਲਬ ਕਿ ਵੀ ਇਹ ਜਿਹੜੇ ਸਿੰਘ ਸੀ ਸਾਰੇ ਚੜ੍ਹਦੀ ਕਲਾ ਵਿੱਚ ਲੜ ਰਹੇ ਸੀਗੇ ਤੇ 6 ਵਜੇ ਮਹਾਂਪੁਰਖ ਉੱਪਰ ਆਏ ਅਤੇ ਆ ਕਰਕੇ ਉਹਨਾਂ ਨੇ ਇਹ ਰਾਤ ਨੂੰ ਪਹਿਲਾਂ ਸੋਰੀ ਰਾਤ ਨੂੰ 5:00 ਤੇ 6:00 ਦੀ ਰਾਤ ਨੂੰ ਤਕਰੀਬਨ ਕੋਈ 12:30-1 ਵਜੇ ਦੇ ਕਰੀਬ ਜਨਰਲ ਸ਼ਵੇਕ ਸਿੰਘ ਜੀ ਨੂੰ ਜੋ ਜਿੱਥੇ ਹੁਕਮਨਾਮਾ ਲਿਖਦੇ ਹੁੰਦੇ ਸੀ ਆਪਣਾ ਸ੍ਰੀ ਦਰਬਾਰ ਸਾਹਿਬ ਜੀ ਦਾ ਉਹ ਤਾਂ ਉਹਨਾਂ ਪਾਸੇ ਕਰ ਦਿੱਤਾ ਥੋੜਾ ਜਿਹਾ ਪਹਿਲਾਂ ਜਿਹੜਾ ਹੁਕਮਨਾਮਾ ਹੁੰਦਾ ਸੀਗਾ ਦੋਨੇ ਨਿਸ਼ਾਨ ਸਾਹਿਬ ਦੇ ਨੇੜੇ ਹੁੰਦਾ ਸੀ ਲਿਖਿਆ ਹੁੰਦਾ ਉਹ ਉੱਥੇ ਜਿਹੜੇ ਕਮਾਂਡੋ ਸੀ ਉਹ ਲੁਕੇ ਹੋਏ ਸੀਗੇ ਫੌਜੀ ਜਿਹੜੇ ਸੀਗੇ ਤਾਂ ਉਹਨਾਂ ਨੇ ਜਨਰਲ ਸਾਹਿਬ ਦੇ ਉੱਤੇ ਬ੍ਰਸ਼ਟ ਮਾਰਿਆ ਤੇ ਤਕਰੀਬਨ ਉਹਨਾਂ ਨੂੰ ਜਦੋਂ ਬ੍ਰਸ਼ਟ ਵੱਜੇ ਤਾਂ ਉਹਨਾਂ ਨੇ ਆਵਾਜ਼ ਮਾਰੀ ਸਿੰਘ ਨੂੰ ਕਿਸੇ ਨੂੰ ਤਾਂ ਭਾਈ ਬਖਸ਼ੀਸ਼ ਸਿੰਘ ਜਿਹੜਾ ਸਿੰਘ ਸੀਗਾ ਫੌਜੀ ਉਹਨੇ ਜਾ ਕੇ ਦਮ ਜਨਰਲ ਸਾਹਿਬ ਨੂੰ ਆਪਣਾ ਮੋਢਾ ਦਿੱਤਾ ਤੇ ਉਹਨਾਂ ਨੂੰ ਆਪਣਾ ਚੁੱਕ ਲਿਆਂਦਾ ਤੇ ਜਨਰਲ ਸਾਹਿਬ ਕਹਿਣ ਲੱਗੇ ਮੈਨੂੰ ਸੰਤਾਂ ਕੋਲ ਲੈ ਚੱਲੋ ਤਾਂ ਉਸ ਵੇਲੇ ਜਨਰਲ ਸਾਹਿਬ ਨੂੰ ਥੱਲੇ ਉਹਨਾਂ ਪੂਰਵੀ ਮਹਾਂਪੁਰਖਾਂ ਕੋਲ ਲੈ ਕੇ ਆਏ ਤਾਂ ਜਨਰਲ ਸਾਹਿਬ ਦੇ ਸਵਾਸ ਬੜੇ ਉਖੜੇ ਚੱਲ ਰਹੇ ਸੀਗੇ ਬ੍ਰਸ਼ਟ ਵੱਜਿਆ ਹੋਇਆ ਸੀਗਾ ਲੇਕਿਨ ਮਹਾਂਪੁਰਖ ਕਹਿਣ ਲੱਗੇ ਤੇ ਜਨਰਲ ਸਾਹਿਬ ਕਹਿਣ ਲੱਗੇ ਬਾਬਾ ਜੀ ਮੈਂ ਤੁਹਾਡਾ ਵਚਨ ਪੂਰਾ ਕਰਿਆ ਆ ਤੇ ਮੈਂ ਹਥਿਆਰ ਵੀ ਛੱਡ ਕੇ ਨਹੀਂ ਆਇਆ ਹਥਿਆਰ ਵੀ ਕੋਲੇ ਲੱਤੀ ਉਹਨਾਂ ਦੇ ਕੋਲੇ ਬਾਕੀ ਤਾਕੀ ਉਹਨਾਂ ਦੇ ਕੋਲੇ ਸੀਗਾ ਤੇ ਉਸ ਵੇਲੇ ਫਿਰ ਜਨਰਲ ਸਾਹਿਬ ਨੂੰ ਮਹਾਂਪੁਰ ਕਹਿਣ ਲੱਗੇ ਜਨਰਲ ਸਾਹਿਬ ਨੂੰ ਇੱਥੇ ਲਟਾ ਦਿਓ ਥੱਲੇ ਆਪਣਾ ਦੂਸਰਾ ਥੱਲੇ ਪਾ ਦਿੱਤਾ ਗਿਆ ਤੇ ਜਨਰਲ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਜਨਰਲ ਸਾਹਿਬ ਤੇ ਸਿੰਘਾਂ ਨੂੰ ਜਦੋਂ ਕਹਿਣ ਲੱਗੇ ਸਮਾਂ ਥੋੜਾ ਵਾ ਅੱਗੇ ਪਿੱਛੇ ਹੋ ਸਕਦਾ ਤੁਹਾਡੇ ਮਗਰੇ ਸੀ ਆਏ ਤੁਸੀਂ ਚੜ੍ਹਦੀ ਕਲਾ ਚੋਂ ਤੁਸੀਂ ਜੋ ਕੁਰਬਾਨੀ ਕੀਤੀ ਆ ਜੋ ਤੁਸੀਂ ਸ਼ਹਾਦਤ ਜੰਮ ਪੀਤਾ ਅਤੇ ਕੌਮ ਤੁਹਾਡੀ ਇਸ ਗੱਲ ਦੀ ਰਣੀ ਹੋਵੇਗੀ ਅਤੇ ਗੁਰੂ ਸਾਹਿਬ ਦੀ ਕਿਰਪਾ ਦਾ ਬਖਸ਼ਿਸ਼ ਹੋਵੇਗੀ ਤੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਅਸੀਂ ਟਾਈਮ ਦਾ ਅੱਗੇ ਪਿੱਛੇ ਹੋਣਾ ਹੋ ਸਕਦਾ ਤੁਹਾਡੇ ਮਗਰੇ ਆਏ ਜਦੋਂ ਜਨਰਲ ਸਾਹਿਬ ਦਾ ਸਰੀਰ ਦੇ ਵਿੱਚੋਂ ਸਵਾਸ ਇੱਕਦਮ ਘਰਾੜਾ ਜਿਹਾ ਵੱਜਿਆ ਤੋਂ ਮਤਲਬ ਕਿ ਨਿਕਲ ਗਏ ਸਵਾਸ ਚੜ੍ਹਾਈ ਕਰ ਗਏ ਨੇ ਸ਼ਹੀਦ ਹੋ ਗਏ ਨੇ ਤਾਂ ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ ਸਿੰਘ ਆਹ ਦੇਖੋ ਜਿਸ ਫੌਜ ਦੇ ਲਈ ਜਿਸ ਦੇਸ਼ ਦੇ ਲਈ ਜਨਰਲ ਸਾਹਿਬ ਨੇ ਏਡੀ ਵੱਡੀ ਆਪਣੀ ਕੁਰਬਾਨੀ ਕੀਤੀ ਹੈ ਇਹ ਮਤਲਬ ਕਿ ਆਪਣੀ ਜਾਨ ਜੋਖਮਾਂ 'ਚ ਪਾ ਕੇ ਦੇਸ਼ ਲਈ ਲੜਦੇ ਰਹੇ ਨੇ ਮਰਦੇ ਰਹੇ ਨੇ ਅੱਜ ਇਹਨਾਂ ਦੇਸ਼ ਦੇ ਆਪਣੇ ਦੇਸ਼ ਦੇ ਕਹਿਣ ਵਾਲੇ ਲੋਕਾਂ ਨੇ ਹੀ ਜਨਰਲ ਸਾਹਿਬ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ ਤੇ ਇਹਨਾਂ ਦੀ ਸ਼ਹੀਦੀ ਅਜਾਈ ਨਹੀਂ ਜਾਊਗੀ ਤੇ ਇਹ ਗੱਲਾਂ ਬਾਤਾਂ ਸਾਰੀ ਕੱਲ ਤੋਂ ਮਹਾਂਪੁਰ ਕਹਿਣ ਲੱਗੇ ਚਿੱਟਾ ਚਾਦਰ ਪਿਆ ਸੀ ਕੋਲੇ ਚਾਦਰ ਸੀ ਕਹਿੰਦੇ ਉੱਤੇ ਪਾ ਦਿਓ ਇਹਨਾਂ ਦੇ ਉਹ ਪਾ ਦਿੱਤੀ ਗਈ ਤੇ ਉਸ ਤੋਂ ਬਾਅਦ ਜਨਰਲ ਸਾਹਿਬ ਤੇ ਸਿੰਘ ਜਿਹੜੇ ਸੀਗੇ ਸਾਰੇ ਆਪੋ ਆਪਣੇ ਮੋਰਚੇ ਫਿਰ ਦੁਆਰੇ ਚਲੇ ਗਏ ਨੇ ਤੇ ਮਹਾਂਪੁਰਖ ਉੱਪਰ ਜਦੋਂ ਆਏ ਤਾਂ 6 ਨੂੰ ਸਵੇਰ ਨੂੰ ਆਏ ਕਿਰਿਆ ਕੀਤੀ ਸਿੰਘਾਂ ਨੂੰ ਪੁੱਛਿਆ ਵੀ ਸਿੰਘ ਕਰਫਿਊ ਕਿੰਨੇ ਵਜੇ ਤੱਕ ਹੈ ਕਹਿੰਦੇ ਜੀ 9 ਵਜੇ ਆਪਣਾ 6 ਵਜੇ ਤੱਕ ਕਰਫਿਊ ਸੀਗਾ ਕਹਿਣ ਲੱਗੇ ਹੁਣ ਖਬਰਾਂ ਸੁਣੋ 6 ਵਾਲੀਆਂ 6 ਵਜੇ ਖਬਰਾਂ ਸੁਣੀਆਂ ਉਹਨਾਂ ਨੇ ਕਿਹਾ ਜੀ 9 ਵਜੇ ਤੱਕ ਕਰਫਿਊ ਕਰ ਦਿੱਤਾ ਗਿਆ ਹੈ ਮਹਾਂਪੁਰਖ ਕਹਿਣ ਲੱਗੇ ਅੱਜ ਫਿਰ ਥੱਲੇ ਚੱਲਦੇ ਹਾਂ ਫਿਰ ਕਰਫਿਊ ਆਪਾਂ 9 ਵਜੇ ਬਾਹਰ ਨਿਕਲਾਂਗੇ ਬੀਬੀ ਜੀ ਇਹ ਗੱਲਾਂ ਬਾਤਾਂ ਤਾਂ ਬਹੁਤ ਜ਼ਿਆਦਾ ਨੇ ਮੈਂ ਬਹੁਤ ਸਪੀਡ ਨਾਲ ਗੱਲਾਂ ਬਾਤਾਂ ਦੱਸ ਰਿਹਾ ਟਾਈਮ ਵੀ ਬਹੁਤ ਜ਼ਿਆਦਾ ਹੋ ਰਿਹਾ ਤੇ ਉਸ ਵੇਲੇ ਮੈਂ ਜੋ ਤੁਹਾਨੂੰ ਬੇਨਤੀ ਕਰ ਰਿਹਾ ਮਤਲਬ ਕਿ ਟਾਈਮ ਜਿਹੜਾ ਬਾਉਂਡ ਹੈ ਇਸ ਕਰਕੇ ਮੈਂ ਫਿਰ ਜਲਦੀ ਜਲਦੀ ਆਪ ਜੀ ਨੂੰ ਬੇਨਤੀਆਂ ਕਰ ਰਿਹਾ ਤੇ ਜਦੋਂ ਫਿਰ ਮਹਾਂਪੁਰਖ ਥੱਲੇ ਚਲੇ ਗਏ ਫਿਰ ਕੱਲੇ ਕੱਲੇ ਸਿੰਘ ਨੂੰ ਕਿਹਾ ਵੀ ਸਿੰਘੋ ਜੀ ਤੋਂ ਜਾ ਹੁੰਦਾ ਨਿਕਲੋ ਇਸ ਮਤਲਬ ਕਿ ਬਾਹਰ ਨਿਕਲ ਜਾਓ ਤਾਂ ਸਾਥੀ ਜਿੰਨੇ ਵੀ ਸਿੰਘ ਸੀਗੇ ਸਾਨੂੰ ਨਾਂ ਲੈ ਕੇ ਮਹਾਂਪੁਰਖਾਂ ਨੇ ਕਿਹਾ ਵੀ ਸਿੰਘੋ ਤੁਸੀਂ ਜਾਓ ਜੇ ਇਹਨਾਂ ਤੋਂ ਨਿਕਲਦਾ ਨਿਕਲ ਜਾਵੋ ਅਸੀਂ ਆਖਿਆ ਮਹਾਂਪੁਰਖ ਤੁਹਾਡੇ ਨਾਲ ਹੀ ਆ ਇਹ ਗੱਲਾਂ ਬਾਤਾਂ ਕਰ ਰਹੇ ਸੀ ਸਾਢੇ ਕੁ 8 ਵਜੇ ਤੋਂ ਪਹਿਲਾਂ ਮੈਂ ਉੱਪਰ ਇਸ ਵਾਰੀ 8 ਵਜੇ ਨਾਲ ਉੱਪਰ ਮੈਂ ਗਿਆ ਕਾਲਸਾ ਸਾਹਿਬ ਦੇ ਉੱਪਰ ਉੱਪਰਲੀ ਮੰਜ਼ਿਲ ਤੇ ਬਾਪੂ ਜੰਗੀਰ ਸਿੰਘ ਸੰਤਾਂ ਦਾ ਵੱਡਾ ਭਰਾ ਨਵਾਂ ਚੋਲਾ ਕੱਢ ਕੇ ਪਾ ਰਿਹਾ ਸੀਗਾ ਤੇ ਦਸਤਾਰ ਬੰਨ੍ਹ ਰਿਹਾ ਸੀ ਮੈਂ ਪੁੱਛਿਆ ਬਾਪੂ ਜੀ ਤੁਸੀਂ ਕੀ ਕਰਦੇ ਹੋ ਕਹਿਣ ਲੱਗਾ ਮੁਖੀ ਤੈਨੂੰ ਪਤਾ ਨਹੀਂ ਸੰਤਾਂ ਨੇ ਬਰਾਤ ਚੜ੍ਹਨਾ ਹੈ ਅਤੇ ਮੈਂ ਹਾਂ ਤਾਂ ਵੱਡਾ ਪਰ ਮੈਂ ਸਰਵਾਲਾ ਬਣਨਾ ਇੰਨੀ ਚੜ੍ਹਦੀ ਕਲਾ ਵਾਲਾ ਉਹਨਾਂ ਦਾ ਮਤਲਬ ਕਿ ਕੋਈ ਭੈ ਭਾਵਨਾ ਇਸ ਤਰ੍ਹਾਂ ਦੀ ਨਹੀਂ ਸੀਗੀ ਮਨ ਵਿੱਚ ਅਤੇ ਹਰਚਰਨ ਸਿੰਘ ਮੁਕਤਾ ਜੀ ਸੀਗੇ ਜਿਹੜੇ ਕਵੀ ਸੀ ਟਕਸਾਲ ਦੇ ਵਿੱਚ ਉਹਨਾਂ ਨੇ ਬਾਲਟੀ ਪਾ ਕੇ ਮੈਨੂੰ ਕਹਿੰਦੇ ਦੇਵ ਮੁਖੀ ਕਹਿੰਦੇ ਬਾਲਟੀ ਮੈਂ ਪਾਈ ਹੈ ਤਾਂ
ਵੀ ਜੇ ਜੇ ਮੈਂ ਸ਼ਹੀਦ ਹੋ ਜਾਊਂਗਾ ਜਦੋਂ ਮੇਰੇ ਤੋਂ ਬਾਲਟੀ ਲਾਉਣਗੇ ਕਹਿਣਗੇ ਹਰਚਰਨ ਸਿੰਘ ਮੁਕਤਾ ਪਿਆ ਪਛਾਣ ਲੈਣਗੇ। ਇੰਨੀ ਚੜ੍ਹਦੀ ਕਲਾ ਵਿੱਚ ਸਿੰਘ ਸਾਰੇ ਜੂਝ ਰਹੇ ਸੀਗੇ ਤੇ 8:30 ਵਜੇ ਕਰੀਬ ਭਾਈ ਗੁਰਮੁਖ ਸਿੰਘ ਜਿਹੜੇ ਗੜਵਾਈ ਸੀ ਮਹਾਂਪੁਰਖਾਂ ਦੇ ਧੂਰਿਆਂ ਤੋਂ ਉਹਨਾਂ ਨੇ ਆ ਕੇ ਕਿਹਾ ਬਾਬਾ ਜੀ ਵੀ ਸ਼ਸਤਰਾਂ ਵਾਲੀ ਪਾਲਕੀ ਜਿਹੜੀ ਹੈ ਉਹ ਗੋਲਾ ਮਾਰ ਕੇ ਟੈਂਕ ਮੂਹਰੇ ਆ ਗਿਆ ਸੀਗਾ ਅੜਾ ਦਿੱਤੀ ਹੈ ਤੇ ਇੱਕਦਮ ਫਿਰ ਮਹਾਂਪੁਰਖ ਵੀਰ ਰਸ ਵਿੱਚ ਆਏ ਸਾਰੇ ਸਿੰਘਾਂ ਕਹਿਣ ਲੱਗੇ ਆਓ ਸਿੰਘੋ ਚੱਲੀਏ ਉੱਪਰ ਆ ਪੌੜੀ ਚੜ੍ਹ ਕੇ ਜਦੋਂ ਉੱਪਰ ਆਏ ਤਾਂ ਉਸ ਵੇਲੇ ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਅਰਦਾਸ ਕੀਤੀ ਕੋਈ ਬਾਹਲੀ ਲੰਮੀ ਅਰਦਾਸ ਨਹੀਂ ਸੀ ਚੰਦ ਸ਼ਬਦ ਸੀਗੇ ਮਹਾਂਪੁਰਖਾਂ ਦੇ ਕਹਿਣ ਲੱਗੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਪਵਿੱਤਰ ਇਸ ਤਖ਼ਤ ਨੂੰ ਸਮੇਂ ਦੀ ਮੁਗਲੀ ਇਹ ਜ਼ਾਲਮ ਹਕੂਮਤ ਜਿਹੜੀ ਹੈ ਇਹ ਬੇਅਦਬੀ ਕਰ ਰਹੀ ਹੈ ਇਹਨਾਂ ਦੇ ਸਾਨੂੰ ਜੂਝਣ ਦਾ ਬਾਬਤ ਹੁਕਮ ਬਖਸ਼ਿਸ਼ ਕਰੋ ਅਤੇ ਮਾਇਆ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵੀ ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਬਾਰ ਬਾਰ ਜਨਮ ਲਵਾਂ। ਇਹ ਮਹਾਂਪੁਰਖਾਂ ਨੇ ਅਖੀਰ ਦੀ ਗੱਲ ਕਹੀ ਕਿ ਫਤਿਹ ਬੁਲਾਕੇ ਨੇ ਆਓ ਸਿੰਘੋ ਚੱਲੀਏ ਤੇ ਉੱਥੇ ਹੀ ਮਹਾਂਪੁਰਖਾਂ ਕੋਲੇ ਗੱਲ ਹੋਈ ਸੀ ਭਾਈ ਨਿਰੰਤਰ ਸਿੰਘ ਕਾਬਲ ਸਿੰਘ ਕਹਿਣ ਲੱਗਾ ਤੇ ਕਹਿਣ ਲੱਗੇ ਕਾਬਲ ਸਿੰਘ ਕਹਾਂ ਜਾ ਕੇ ਸੋਨੇ ਦੀ ਗੱਲ ਨਾ ਕਰਨੀ ਕਹਿਣ ਲੱਗਾ ਨਹੀਂ ਮਹਾਂਪੁਰਖੋ ਮੈਨੂੰ ਨਾਲ ਰੱਖਿਓ ਕਹਿੰਦੇ ਸੀ ਨਾਲ ਰੱਖਾਂਗੇ ਫਿਰ ਕਹਿੰਦੇ ਉਹ ਚੱਲੀਏ ਭਾਈ ਤਕਰੀਬਨ 25-30 ਸਿੰਘ ਅੱਗੇ ਮਹਾਂਪੁਰਖਾਂ ਦੇ ਨਿਕਲ ਗਏ ਅਤੇ ਅਸੀਂ ਪਿੱਛੇ ਸੀਗੇ ਸਿੰਘ ਅਸੀਂ ਜਿਹੜੇ ਨਾਲ ਜਾ ਰਹੇ ਸੀਗੇ ਵੀ ਬਾਹਰ ਨਿਕਲਾਂਗੇ ਮੂਹਰੇ ਟੈਂਕ ਸੀਗਾ ਉਸ ਟੈਂਕ ਨੇ ਫਿਰ ਸ੍ਰੀ ਅਕਾਲ ਤਖ਼ਤ ਦਾ ਦਰਵਾਜ਼ਾ ਸੀ ਉਹਦੇ ਉੱਤੇ ਉਹਨਾਂ ਨੇ ਇੱਕਦਮ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ ਭਾਈ ਉੱਤਮ ਸਿੰਘ ਭਾਈ ਗੁਰਨਾਮ ਸਿੰਘ ਇਹ ਹਜੂਰ ਸਾਹਿਬ ਦੇ ਰਾਗੀ ਸਿੰਘ ਸੀ ਇਹਨਾਂ ਦਾ ਪਿੱਛੇ ਨਾਲ ਤੀਜਾ ਭਰਾ ਸੀ ਜਸਵੰਤ ਸਿੰਘ ਇਹ ਜਸਵੰਤ ਸਿੰਘ ਤਾਂ ਬਚ ਗਿਆ ਤੇ ਦੋਨੇ ਸਿੰਘ ਉੱਥੇ ਸ਼ਹੀਦ ਹੋ ਗਏ ਭਾਈ ਗੁਰਮੁਖ ਸਿੰਘ ਨੇ ਜਿਹੜਾ ਸੰਤਾਂ ਦਾ ਡਰਾਈਵਰ ਹੁੰਦਾ ਸੀ ਉਹਨੇ ਮੈਨੂੰ ਫੜ ਕੇ ਇੱਕ ਸਾਈਡ ਤੇ ਕਰ ਲਿਆ ਤੇ ਮਹਾਂਪੁਰਖ ਬਿਲਕੁਲ ਜਿਹੜੇ ਆਪਣਾ ਝੰਡੇ ਮੰਗੇ ਦੋ ਨਿਸ਼ਾਨ ਸਾਹਿਬ ਨੇ ਇੱਥੇ ਤੱਕ ਜਾ ਕੇ ਜਦੋਂ ਉਹਨਾਂ ਨੂੰ ਬਰਸਤ ਵਜਿਆ ਭਾਈ ਅਮਰੀਕ ਸਿੰਘ ਨੂੰ ਬਰਸਤ ਵੱਜ ਗਿਆ ਸੀਗਾ ਤੇ ਇਹ ਸਾਰਾ ਵਰਤਾਂਤ ਉੱਥੇ ਵਰਤ ਗਿਆ ਤਕਰੀਬਨ ਕੋਈ 9 ਦੇ ਵਿੱਚ ਤੇ ਆਪਣਾ 9:15 ਤੋਂ 9:30 ਦੇ ਵਿੱਚ ਇਹ ਸਾਰਾ ਭਾਣਾ ਵਰਤਿਆ ਤੇ ਉਸ ਤੋਂ ਬਾਅਦ ਅਸੀਂ ਫਿਰ ਸਿੰਘ ਜਿਹੜੇ ਸੀਗੇ 25-30 ਸਿੰਘ ਅਸੀਂ ਰਹਿ ਗਏ ਸੀਗੇ ਫਿਰ ਅਸੀਂ ਸਾਈਡ ਤੋਂ ਜਦੋਂ ਮਤਲਬ ਕਿ ਹੋਏ ਸਾਰੇ ਤਾਂ ਸਾਨੂੰ ਫਿਰ ਸਮੇਂ ਦੀ ਹਕੂਮਤ ਨੇ ਅਰੈਸਟ ਕਰ ਲਿਆ ਉਸ ਤੋਂ ਬਾਅਦ ਫਿਰ ਸਾਨੂੰ ਉਹ ਕੈਂਪਾਂ ਵਿੱਚ ਲੈ ਗਏ ਕੈਂਪਾਂ ਵਿੱਚ ਲਿਜਾ ਕੇ ਸਾਡੀ ਚੰਗੀ ਤਰ੍ਹਾਂ ਨਾਲ ਪੁੱਛ ਪੜਤਾਲ ਕੀਤੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਭਾਈ ਵੀ ਮਤਲਬ ਕਿ ਵੀ ਇਸੇ ਮੁਲਾਜ਼ਮ ਸੀਗੇ ਤੇ ਉਹ ਸਾਰਾ ਕੁਝ ਦੱਸਣ ਤੋਂ ਮੁੜ ਕੇ ਫਿਰ ਉਹਨਾਂ ਨੇ ਮੈਨੂੰ 17 ਸਿੰਘਾਂ ਦੇ ਨਾਲ ਜਿਹੜੇ ਭਾਵ ਜੋਧ ਅਜਮੇਰ ਲੈ ਗਏ ਸੀਗੇ ਅਜਮੇਰ ਲੈ ਗਏ ਅਜਮੇਰ ਸਾਨੂੰ ਜਾ ਕੇ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਹਰ ਪੱਖ ਤੋਂ ਨੀਚਾ ਦਿਖਾਉਣ ਦਾ ਤਸ਼ੱਦਦ ਕਰਨ ਦਾ ਮਤਲਬ ਕਿ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸੀ ਏਜੰਸੀਆਂ ਸੀ ਉਹ ਕਰ ਰਹੀਆਂ ਸਨ ਇਹ ਸਾਰਾ ਕੁਛ ਕਰਨ ਤੋਂ ਬਾਅਦ ਫਿਰ ਉੱਥੇ ਇੱਕ ਜੁਡੀਸ਼ਰੀ ਬੈਠੀ ਉਹਦੇ ਵਿੱਚ ਸਾਨੂੰ 4 ਸਿੰਘਾਂ ਨੂੰ ਸਾਡੇ ਤੋਂ NSA ਉਹਨਾਂ ਨੇ ਖਤਮ ਕੀਤੀ ਜਿਹਨਾਂ ਵਿੱਚ ਭਾਈ ਅਮਰੀਕ ਸਿੰਘ ਭਾਈ ਆਪਣਾ ਦਲਜੀਤ ਸਿੰਘ ਤੇ ਭਾਈ ਕਸ਼ਮੀਰ ਸਿੰਘ ਤੇ ਆਪਣਾ ਭਾਈ ਸੁਰਿੰਦਰ ਸਿੰਘ ਰਾਗੀ ਜੋਧਪੁਰੀ ਦੇ ਦਾਸ ਕਿਉਂਕਿ ਅਗਰ ਸਾਨੂੰ ਸਿੱਖੀ ਦੀ ਵੈਲਿਊ ਤਾਂ ਹੀ ਪਤਾ ਲੱਗੇਗੀ ਸਾਨੂੰ ਪਤਾ ਲੱਗੇ ਕਿ ਸਾਡੇ ਪੁਰਖਾਂ ਨੇ ਸਾਡੇ ਲਈ ਕੀ ਕੀਤਾ ਪਰ ਤਦ ਅਗਲੀ ਵਾਰ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਫਿਰ ਤੁਹਾਡੇ ਨਾਲ ਰੂਬਰੂ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇੱਥੇ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਐਂਡ ਵੀ ਸੀ ਯੂ ਟੁਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ